ਤਾਂ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ। ਇਸ ਵਕਤ ਦੀ ਵੱਡੀ ਅਪਡੇਟ, 12ਵੀਂ ਕਲਾਸ ਦਾ ਰਿਜ਼ਲਟ ਕੀਤਾ ਗਿਆ ਅਨਾਊਂਸ। ਇਸ ਵਾਰ 12ਵੀਂ ਕਲਾਸ ਦੇ ਵਿੱਚ ਮੁੰਡਿਆਂ ਨੇ ਬਾਜੀ ਮਾਰ ਲਈ ਹੈ। ਤਾਂ ਹਾਂਜੀ ਦੋਸਤੋ, ਇਸ ਵਕਤ ਦੀ ਵੱਡੀ ਅਪਡੇਟ ਸਾਹਮਣੇ ਆਈ ਹੈ। 12ਵੀਂ ਕਲਾਸ ਦੇ ਵਿਦਿਆਰਥੀਆਂ ਦਾ ਰਿਜ਼ਲਟ ਅਨਾਊਂਸ ਕਰ ਦਿੱਤਾ ਗਿਆ, ਇਸ ਦੇ ਨਾਲ 8ਵੀਂ ਕਲਾਸ ਦਾ ਰਿਜ਼ਲਟ ਵੀ ਅਨਾਊਂਸ ਕੀਤਾ ਗਿਆ। ਇਸ ਵਾਰ 12ਵੀਂ ਕਲਾਸ ਦੇ ਵਿੱਚੋਂ ਟੌਪ ਲੁਧਿਆਣਾ ਦੇ ਏਕਮਪ੍ਰੀਤ ਨੇ ਕੀਤਾ ਹੈ। ਤਾਂ ਹਾਂਜੀ ਦੋਸਤੋ, ਇਸ ਵਾਰ 12ਵੀਂ ਕਲਾਸ ਦੇ ਵਿੱਚ ਤਿੰਨਾਂ ਸਥਾਨਾਂ 'ਤੇ ਮੁੰਡੇ ਹੀ ਰਹੇ ਨੇ, ਅਤੇ ਇਸ ਵਾਰ ਲੜਕਿਆਂ ਨੇ ਜਿਹੜੀ ਹੈ ਬਾਜ਼ੀ ਮਾਰੀ ਹੈ। ਤਾਂ ਬਹੁਤ ਵੱਡੀ ਅਪਡੇਟ ਸਾਹਮਣੇ ਆਈ, ਇਸ ਵਾਰ ਲੜਕੀਆਂ ਦਾ ਕੋਈ ਵੀ ਸਥਾਨ ਇੱਥੇ ਨਹੀਂ ਰਿਹਾ, ਲੜਕਿਆਂ ਨੇ ਬਾਜ਼ੀ ਮਾਰੀ ਹੈ। ਅਤੇ ਜਲਦ ਹੀ ਰਿਜ਼ਲਟ ਜਿਹੜਾ ਸਾਨੂੰ ਵੈਬਸਾਈਟ 'ਤੇ ਦੇਖਣ ਨੂੰ ਵੀ ਮਿਲੇਗਾ, ਉਹ ਵੀ ਤੁਹਾਨੂੰ ਨਾਲ ਨਾਲ ਅਪਡੇਟ ਦਿੰਦੇ ਰਹਾਂਗੇ। ਤਾਂ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ। ਦੂਸਰੇ ਅਤੇ ਤੀਸਰੇ ਸਥਾਨ 'ਤੇ ਵੀ ਲੜਕੇ ਰਹੇ ਨੇ। ਤਾਂ ਲੁਧਿਆਣਾ ਦੇ ਏਕਮਪ੍ਰੀਤ ਸਿੰਘ ਨੇ ਟੌਪ ਕੀਤਾ ਪੂਰੇ ਪੰਜਾਬ ਦੇ ਵਿੱਚੋਂ। ਤਾਂ ਕੁਝ ਦਿਨਾਂ ਦੇ ਵਿੱਚ ਜਿਹੜਾ ਟਾਈਮ ਤੱਕ ਜਿਹੜਾ ਰਿਜ਼ਲਟ ਵੈਬਸਾਈਟ 'ਤੇ ਵੀ ਆ ਜਾਏਗਾ। ਤਾਂ ਦੂਸਰੇ ਸਥਾਨ 'ਤੇ ਹਰਿੰਦਰ ਸਿੰਘ ਵੀ ਰਹੇ ਨੇ, ਅਤੇ ਬਠਿੰਡਾ ਦੇ ਅਸ਼ਵਿਨੀ ਨੇ ਤੀਸਰਾ ਸਥਾਨ ਜਿਹੜਾ ਵਾ ਹਾਸਲ ਕੀਤਾ ਹੈ।